तो गाइस फ्लैट नंबर 4 है, इत्थे आऊगी अपनी ट्रेन, बाकी देखते हैं आऊगी कि इत्थे नहीं कितने होर आऊगी। आ गए देखो सारे इधर ही साइड ही आ गए और बाकी हूँ अपनी ट्रेन आऊगी इत्थे, तैनूं असीं तुहानूं असीं सवेरे दस्सांगे कित्थे पहुँचांगे असीं। इसे इधर टाइम पास नहीं हो रहा, नींद आ रही है सवेर नूं। ओ यार ये कर रहे हैं बिच जट साहब ने नहीं ठा रखी है काली, देखो बैग ठा लिया हूँ औखा हो रहा है। तो गाइस अपना अद्धा घंटा लेट होगी ट्रेन, तो अपने बंदे देखो इधर बैठे हैं 4 नंबर से, तो देखो अपना आड़ी सोया पे इतने नींद आ रही है इन्हें। तो बाकी देखो जट साहब तुम की कहना चाहते हो जट साहब, जट साहब। तो गाइस हूँ आप 1 नंबर से फिर आ गए, तो जी 4 नंबर से ट्रेन है कोई होर सी, हूँ अपनी 1 नंबर से आई है देखो रही सी, तो कहीं अपनी 1 नंबर से आई है देखो कि ट्रेन आई है, सवेरे दसा थानू कि है। चल चल बैठते हूँ आप ट्रेन च, तो गाइस आ गई देखो ट्रेन फाइनली 2 बजे आई है, लेट होगी बहुत ज़्यादा। अपनी ट्रेन आ गई, आपने 3 घंटे 4 घंटे बैठे रहे स्टेशन से, फिर देखो की मिले अपन ने, आप मिल गए इधर आ गए। वो मैं ताई बनावांगा जे तू बाहर कूद जा चोड़ कर दे। आ देखो बड़ी बढ़िया सारी ट्रेन है, खड़े आपा ना देखो सारे जग्गी डांसर जट साहब गुस्सा हो गया जी ट्रेन से उतरदे सी हुण साइड ओके कैमरामैन फोकस करो, ਤੇ ਆਪਾਂ ਦੇਖਦੇ ਹਾਂ ਅੱਗੇ ਅੱਗੇ ਫੁੱਲ ਮਿਲੂਗੀ ਕਿ ਨਹੀਂ। ਖੜੇ ਹਾਂ ਬਾਕੀ ਹੁਣ ਬੈਠਣ ਦੀ ਜਗ੍ਹਾ ਮਿਲੀ ਜਾਂਦੀ ਆਪਾਂ ਨੂੰ। ਤਾਂ ਗਾਇਸ 3 ਵੱਜ ਗਏ ਤੇ ਆਪਾਂ ਨੂੰ ਸੀਟ ਸੂਟ ਕੁਝ ਨਹੀਂ ਮਿਲੀ, ਖੜੇ ਜਾ ਰਹੇ ਹਾਂ ਬਸ। ਜੈ ਨੈਣਾ ਦੇਵੀ ਹੋ ਰਹੀ ਹੈ ਤਾਂ ਜਾ ਰਹੇ ਹਾਂ, ਰਵੀ ਉੱਪਰ ਬੈਠ ਗਿਆ ਦੇਖੋ, ਚੱਲਦੇ ਹਾਂ ਹੁਣ ਉੱਪਰ ਅੱਗੇ। एलईडी नहीं बोली गई जट साहब, हां बोलती नहीं लगाई देखो 5:15 हो गए, मैसा बनी का पानी का टाइम हो गया। अरे सिर पर सीले काम कर लिया गया, अरे जट साहब ऊपर बैठा रखे है ताड़ आसन कर रहे जट साहब, तो अरे एक सारे सीट मिल गई है तो उपर बैठे हैं, तो आप 10 बजे तक पहुंचा आप उत्थे जाके खावा किथे जा रहे हैं। ठंड लगन लगी गाइस, नहीं आ रहा देखो बाहर, तो 7:30 बज गए ने, आप हाले पहुँचने वाले हाँ, तो घंटे तो 2 घंटे का रास्ता पे लिया अपना, तो बाकी अपने मूँह सूजे पे ने देखे तुम, तो हम चलते हैं आप अगे फिर मिलते हैं। देखो बाकी अपन सूट सूट मिल गई इधर, चलते अगे फिर हम ट्रेन चल पड़ी अपनी।
ਤਾਂ ਗਾਇਜ਼ ਦੇਖੋ ਟਾਈਮ ਵੱਜ ਗਿਆ 8:40 ਹੋ ਗਏ ਅਤੇ ਆਪਾਂ ਹਰਿਦੁਆਰ ਪਹੁੰਚ ਗਏ ਅਤੇ ਆਪਾਂ ਜਾ ਰਹੇ ਹੁਣ ਰਿਸ਼ੀਕੇਸ਼ ਰਿਸ਼ੀਕੇਸ਼ ਚੱਲਦੇ ਹਾਂ ਪਹਿਲਾਂ ਅੱਗੇ ਡੇਢ ਘੰਟੇ ਦਾ ਰਾਸਤਾ ਰਹਿ ਗਿਆ ਹੁਣ 8:40 ਹੋ ਗਏ ਹਰਿਦੁਆਰ ਦਾ ਸਟੇਸ਼ਨ ਹੈ ਜੇ ਆਪਣੇ ਅੰਦਰ ਬੈਠੇ ਦੇਖੋ ਸਾਰੇ ਹੁਣ ਤਾਂ ਖੁੱਲ੍ਹ ਹੋ ਗਈ ਦੇਖੋ ਸਾਰੀ ਖੁੱਲ੍ਹ 'ਚ ਗੱਡੀ 'ਚ ਗੱਡੀ ਸਾਰੀ ਐਨ ਖੁੱਲ੍ਹ ਹੋ ਗਈ ਦੇਖੋ ਅਤੇ ਚੱਲਦੇ ਹੁਣ ਆਪਾਂ ਅੱਗੇ ਫਿਰ ਤਿੰਦੂ ਦੁਕਾਨੇ ਖਾਣੀ ਹੁਣ ਅਤੇ ਆਪਣਾ ਡਰਾਈ ਫਰੂਟ ਦੇਖ ਲਓ ਕਿਹੜੇ ਆ ਗਏ ਦਾਲ ਭੁਜੀਆ ਅਤੇ ਸਾਰੇ ਖਾ ਰਹੇ ਨੇ ਦੇਖੋ ਅਤੇ ਅੱਧਾ ਘੰਟਾ ਹੋ ਗਿਆ ਇੱਥੇ ਟ੍ਰੇਨ ਰੁਕ ਰਹੀ ਹੈ ਹਰਿਦੁਆਰ ਇੰਨਾ ਟਾਈਮ ਹੋ ਗਿਆ ਪਤਾ ਨਹੀਂ ਕਦੋਂ ਰੁਕ ਰਹੀ ਹੈ ਅਤੇ ਬਾਕੀ ਹੁਣ ਆਪਾਂ ਦੇਖਦੇ ਹਾਂ ਟ੍ਰੇਨ ਕਦੋਂ ਚੱਲੂਗੀ ਦਿਖਾਉਂਦੇ ਤੁਹਾਨੂੰ ਸਾਰਾ ਵਿਊ ਅਤੇ ਪਹਿਲਾਂ ਖਾਂਦੇ ਹਾਂ ਫਿਰ ਆਪਾਂ ਅਕਾਸ਼ ਦੇਖੋ ਇੱਕ ਘੰਟਾ ਹੋ ਗਿਆ ਆਪਾਂ ਨੂੰ ਖੜੇ ਨੂੰ ਡੇਢ ਘੰਟਾ ਹੋਣ ਵਾਲਾ ਖੜੇ ਨੂੰ ਆਪਾਂ ਨੂੰ ਅਤੇ ਆਪਾਂ ਨੂੰ ਆਟੋ ਚੱਲਦੇ ਹਾਂ ਰਿਸ਼ੀਕੇਸ਼ ਇਹ ਤਾਂ ਮੈਨੂੰ ਲੱਗਦਾ ਚੱਲਦੀ ਚੁਲਦੀ ਨੇ ਹੈਗੀ ਟ੍ਰੇਨ ਅਤੇ ਬਾਕੀ ਹੁਣ ਆਪਾਂ ਆਟੋ ਦੇਖਦੇ ਹਾਂ ਇੱਧਰ ਕੋਈ ਨਹੀਂ ਬਾਕੀ ਟ੍ਰੇਨ ਦੀ ਵੇਟ ਕਰਦੇ ਹਾਂ ਬਾਕੀ ਇੱਕ ਬੈਗ ਆ ਗਿਆ ਆਪਣਾ ਬਾਕੀ ਹੋਰ ਲੈਣ ਨਹੀਂ ਜਾ ਰਹੇ ਇਹ ਕਰ ਰਿਹਾ ਰਹਿੰਦੇ ਰਗੜਨ ਦਾ ਲੱਗ ਰਿਹਾ ਹੱਥ ਚਲੋ ਰੇ ਉਹ ਦੇਖਣ ਨੂੰ ਕੀ ਕਰ ਰਿਹਾ ਆਪਾਂ ਚੱਲਦੇ ਹਾਂ ਆਟੋ ਦੇ ਨਾਲੇ ਮੂੰਹ ਦੱਸਿਓ ਮੇਰਾ ਪਹਿਲਾਂ ਨਾਲ ਵਧੀਆ ਹੋਵੇ ਕਿ ਨਹੀਂ ਚੱਲਦੇ ਹਾਂ ਫਿਰ ਆਪਾਂ ਹੁਣ ਗੱਡੀ ਗੱਡੀ ਡੇਢ ਘੰਟਾ ਹੋਇਆ ਬਾਈ ਖੜੇ ਨੂੰ ਇੱਥੇ ਗਿਆ ਨਹੀਂ ਹੁਣ ਅੱਗੇ ਪਹਾੜ ਗਿਰ ਗਿਆ ਮਲਬਾ ਗਿਰ ਗਿਆ ਅਤੇ ਟ੍ਰੇਨ ਰੁਕ ਗਈਆਂ ਸਾਰੀਆਂ ਇੱਥੇ ਥੋੜ੍ਹਾ ਆਪਾਂ ਆਰਡਰ ਜਾਂਦੇ ਹਾਂ ਨਾ ਰੇ ਪਟੜੀ ਉੱਪਰ ਗਿਰਿਆ ਤੋ ਆਪਾਂ ਆਟੋ ਲੈ ਚੱਲੀਏ ਜਾਂ ਬੱਸ ਫੜੀਏ ਆਹ ਦੇਖੋ ਬਾਈ ਵਿਊ ਦੇਖੋ ਤੁਸੀਂ ਹਰਿਦੁਆਰ ਦਾ ਅਤੇ ਬਾਕੀ ਹੁਣ ਆਪਾਂ ਆਟੋ ਉਟੋ ਦੇਖਦੇ ਹਾਂ ਕੋਈ ਜੱਟ ਸਾਹਿਬ ਨੂੰ ਪੂਰੇ ਨਹੀਂ ਖੁਸ਼ ਹੋ ਰਿਹਾ ਆਪਣੇ ਜੁੱਤੇ ਲਿਬੜ ਜਾਣਗੇ ਤਾਂ ਗਾਈ ਦੇਖੋ ਬਾਹਰ ਆ ਗਏ ਸਟੇਸ਼ਨ 'ਤੇ ਹੁਣ ਦੇਖਦੇ ਹਾਂ ਕਿੱਧਰ ਜਾਣਾ ਆਪਾਂ ਨੇ ਆਪਾਂ ਨੂੰ ਕੁਝ ਨਹੀਂ ਪਤਾ ਮਾਡਲ ਤਾਂ ਬੇਇੱਜ਼ਤੀ ਕਰਾ ਰਿਹਾ ਟੈਨਸ਼ਨ ਮੋ ਰਿਹਾ ਸਾਰਾ ਦਿਨ ਅਤੇ ਦੇਖੋ ਆਵੇਗਾ ਕਿਉਂ ਕੱਢਦੇ ਤਾਂ ਗਾਈ ਹੁਣ ਬੱਸ ਸਟੈਂਡ 'ਤੇ ਜਾ ਰਹੇ ਹਾਂ ਬੱਸ ਲੈ ਕੇ ਚੱਲਦੇ ਹਾਂ ਪਰ ਰਿਸ਼ੀਕੇਸ਼ ਟ੍ਰੇਨ 'ਤੇ ਜਾਂਦੀ ਨਹੀਂ ਪਤਾ ਨਹੀਂ ਕਈ ਘੰਟੇ ਲਾ ਦੂਗੇ ਹਲੇ ਨਾ ਨਾ ਅੱਗੇ ਖਾਵਾਂਗੇ ਯਾਰ ਰਿਸ਼ੀਕੇਸ਼ ਹੁਣ ਅੱਗੇ ਚੱਲਦੇ ਹਾਂ ਆਪਾਂ ਤਾਂ ਗਾਈ ਹੁਣ ਫੜਦੇ ਹਾਂ ਬੱਸ ਸਟੈਂਡ 'ਤੇ ਪਹੁੰਚ ਗਏ ਆਪਾਂ ਔਰ ਆਖਣ ਨੂੰ ਲਾ ਵੀ ਤੋਂ ਬੱਸ ਸਟੈਂਡ ਆ ਜਦ ਤਾਂ ਪੁੱਛਦੇ ਨਾ ਮੇਰੇ ਤੋਂ ਯਾਰ ਆ ਬੱਸ ਸਟੈਂਡ ਉਰੇ ਯਾਰ ਬੱਸ ਸਟੈਂਡ ਹੈ ਤਾਂ ਗਾਈ ਆਪਾਂ ਨੂੰ ਬੱਸ ਨਹੀਂ ਮਿਲੀ ਆਟੋ ਮਿਲ ਗਿਆ ਅਤੇ ਆਪਾਂ ਨੇ ਸੌਦਾ ਮਾਰ ਲਿਆ ਆਟੋ ਵਾਲੇ ਨਾਲ 50 ਰੁਪਏ ਸੱਤ ਸਵਾਰੀਆਂ ਓਏ ਜੱਟ ਸਾਹਿਬ ਕਿੱਥੇ ਜਾ ਰਿਹਾ ਹੈ ਪਾਣੀ ਕਹਿੰਦੇ ਤੇਜ਼ ਆ ਰਹੇ ਆ ਦੇਖੋ ਬਾਈ ਗੰਗਾ ਦਾ ਪਾਣੀ ਆ ਅਰੇ ਪਾਣੀ ਦੇਖੋ ਤਾਂ ਦੇਖੋ ਪਹਾੜ ਚੈੱਕ ਕਰੋ ਤੁਸੀਂ ਕਿੰਨਾ ਘੈਂਟ ਵਿਊ ਹੈ ਦੇਖੋ ਹਲੇ ਆਪਾਂ ਜਾਣਾ ਲੱਗ ਰਿਹਾ ਪਹਾੜਾਂ ਵੱਲ ਦੇਖੋ ਕਿੰਨਾ ਘੈਂਟ ਵਿਊ ਹੈ ਨੀਚੇ ਹਾਈਵੇ 'ਤੇ ਚੜ੍ਹ ਕੇ ਹੁਣ ਆਪਣਾ ਸਿੱਧਾ ਜਾਊਗਾ ਆਟੋ ਦੇਖੋ 23 ਕਿਲੋਮੀਟਰ ਦੂਰ ਹੈ ਥੋੜ੍ਹੀ ਜਿਹੀ ਇੱਧਰ ਤੋਂ ਆ ਦੇਖੋ ਇਹ ਚੀਜ਼ ਅਤੇ ਪਹਾੜ ਦੇਖੋ ਤੁਸੀਂ ਦੇਖੋ ਪਹਿਲੀ ਦੇਖਣ ਲੱਗੇ ਨਾ ਮੌਸਮ ਬਹੁਤ ਘੈਂਟ ਹੋ ਰਿਹਾ ਇੱਥੇ ਆਪਣੀ ਆਟੋ ਨਾਲ ਲੜਾਈ ਹੋ ਗਈ ਆ ਇਕੱਲੇ ਇਕੱਲੇ ਬੈਠਾ ਹੈ ਮਾਂ ਨੂੰ ਕਹਿ ਰਹੀ ਆ ਦੋ ਰਣੇ ਹੋਰ ਆਵੇ ਸਵਾਰੀਆਂ ਆਪਾਂ ਨੇ ਉਤਰ ਕੇ ਫਿਰ ਅੜੀ ਹੋ ਗਈ ਆਪਣੀਆਂ ਜੱਟ ਸਭ ਕਹਿ ਇਹਨਾਂ ਨੂੰ ਅੜੀ ਹੋ ਗਿਆ ਉਹ ਇੱਧਰ ਕੀ ਕਰੂਗਾ ਕਹਿ ਆਪਾਂ ਨਵਾਂ ਆਟੋ ਦੇਖ ਲੜਾਈ ਪੜ ਗਈ ਆਪਣੇ ਆਟੋ ਵਾਲਿਆਂ ਨਾਲ ਆਟੋ ਵਾਲੇ ਨਾ ਖੜੇ ਕਰਦੇ ਸੀ ਆ ਆਪਾਂ ਅੱਗੇ ਬੈਠੇ ਸੀ ਕਹਿੰਦੇ ਪਿੱਛੇ ਦੋ ਵਾਰੀ ਹੋਰ ਬੈਠਾ ਆਪਾਂ ਉਤਰ ਗਏ ਫਿਰ ਆਪਾਂ ਨਵਾਂ ਆਟੋ ਦੇਖਦੇ ਹਾਂ ਕੋਈ ਜੱਟ ਸਾਹਿਬ ਲੜਾਈ ਪੈ ਗਈ ਆਪਣੇ ਆਟੋ ਵਾਲੇ ਨਾਲ ਆਹ ਦੇਖੋ ਪਹਾੜ ਦੇਖੋ ਆਪਾਂ ਦੂਸਰਾ ਆਟੋ ਮਿਲ ਗਿਆ ਤੇ ਆਕੜ ਬੋਲਿਆ ਦੇਖੋ ਹੁਣ ਸਾਰੇ ਬੈਠ ਕੇ ਦੇਖੋ ਪਸ ਪਸ ਕੇ ਹੈ ਨਾ ਗੰਜੇ ਹੁਣ ਆਪਾਂ ਅੱਗੇ ਚੱਲਦੇ ਹਾਂ ਕਹਿੰਦੇ ਹੁਣ ਸਵਾਦ ਆ ਗਿਆ ਤੈਨੂੰ
देखो गाइस व्यू कितना खतरनाक है, वेदर चेक करो तुसी एक बारी। गाइस आप पता नहीं केड़े झूले से पहुंच गए, राम है पता नहीं, लक्ष्मण है पता नहीं, सीता